ਪਤਾ ਨਹੀਂ ਕਿੱਥੇ ਕਿੱਥੇ ਵਸ ਗਿਆ ਜਾ ਕੇ, ਹਜ਼ਰਤ ਅਬੂ ਸਾਲਿਆ ਜਨਾਬ ਇਮਾਮ ਹਸਨ ਦੀ ਲੜੀ ਦੇ ਵਿੱਚੋਂ ਸੀਗੇ ਅਤੇ ਹਜ਼ਰਤ ਸ਼ਾਹ ਅਬਦੁੱਲਾ ਇਮਾਮ ਹੁਸੈਨ ਦੀ ਲੜੀ ਦੇ ਵਿੱਚੋਂ ਨਖੇੜੇ ਪੈ ਗਿਆ। ਕਿੱਥੇ? ਦਰਿਆਏ ਦਜਲਾ ਦੇ ਕਿਨਾਰੇ, ਜਿਲਾਨ ਦੇ ਕੋਲ ਦੀ ਨਦੀ ਲੰਘਦੀ ਜਿਹਦਾ ਨਾਂ ਆ ਦਰਿਆਏ ਦਜਲਾ, ਉਸ ਨਦੀ ਦੇ ਕਿਨਾਰੇ ਉੱਤੇ ਹਜ਼ਰਤ ਸ਼ਾਹ ਅਬਦੁੱਲਾ ਰਹਿੰਦੇ ਸੀ। ਅੱਲਾ ਦੀ ਜ਼ਾਤ ਪਾਕ ਨੇ ਉਹਨਾਂ ਨੂੰ ਇੱਕ ਬੇਟੀ ਦਿੱਤੀ ਜਿਹਦਾ ਨਾਮ ਰੱਖਿਆ ਉਹਨਾਂ ਨੇ ਹਜ਼ਰਤ ਬੀਬੀ ਫਾਤਮਾ। ਸੁਬਹਾ ਫਜ਼ਰ ਦੀ ਨਮਾਜ਼ ਪੜ੍ਹ ਕੇ ਅੱਲਾ ਦੀ ਬਾਰਗਾਹ ਦੇ ਵਿੱਚ ਦੁਆ ਕਰਦੇ ਕੇ ਯਾ ਬਾਰੀ ਤਾਲਾ, ਸਾਡਾ ਖੂਨ, ਸਾਡੀ ਜੱਦ, ਸਾਡਾ ਕੁਰਾਣਾ ਸਾਨੂੰ ਮਿਲਾ ਦੇ, ਅਸੀਂ ਇਸ ਬੱਚੀ ਦਾ ਸਿਰ ਤੋਂ ਭਾਰ ਲਾ ਦੇ। ਵਾਹ ਜੀ ਵਾਹ। ਅੱਲਾ ਦੀ ਜ਼ਾਤ ਪਾਕ ਦਾ ਕਰਨਾ ਕੀ ਹੋਇਆ? ਅੱਲਾ ਦੀ ਜ਼ਾਤ ਪਾਕ ਨੇ ਹਜ਼ਰਤ ਸ਼ਾਹ ਅਬਦੁੱਲਾ ਦਾ ਸੇਬਾਂ ਦਾ ਬਾਗ ਸੀ ਜਿਹੜਾ ਨਦੀ ਦੇ ਕਿਨਾਰੇ 'ਤੇ ਸੀ, ਅੱਲਾ ਦੀ ਜ਼ਾਤ ਪਾਕ ਨੇ ਇੱਕ ਸੇਬ ਕੁੱਟਿਆ, ਨਦੀ ਦੇ ਵਿੱਚ ਡਿੱਗ ਪਿਆ। ਹਜ਼ਰਤ ਅਬੂ ਸਾਲਿਆ ਸੁਬਹਾ ਫਜ਼ਰ ਦੀ ਨਮਾਜ਼ ਪੜ੍ਹ ਕੇ ਦਰਿਆਏ ਦਜਲਾ ਦੇ ਕਿਨਾਰੇ ਦੇ ਉੱਤੇ ਸੈਰ ਕਰਦੇ ਹੁੰਦੇ ਸੀ। ਹੁਣ ਜਨਾਬ ਸ਼ਹਿਰ ਉਹਦੀ ਸਿਫਤ ਕਰਕੇ ਦੱਸਦਾ ਉਹ ਕਿਹੜਾ ਬਾਗ ਸੀ, ਕਿੱਥੋਂ ਬਾਗ ਦੇ ਵਿੱਚੋਂ ਸੇਬ ਆ ਅਤੇ ਕਿਹਨਾਂ ਨੇ ਫੜ ਕੇ ਖਾਧਾ। ਵਾਹ ਸਿਫਤਾਂ ਤੇਰੀਆਂ ਮਾਲਕਾ, ਤੇਰੀ ਆਲੀ ਸ਼ਾਨ, ਮੁਲਕ ਅਰਬ ਇਰਾਨ ਨੂੰ ਜਾਣੇ ਕੁੱਲ ਜਹਾਨ, ਦੋਹਾਂ ਮੁਲਕਾਂ ਦੇ ਵਿਚਕਾਰ ਦੀ ਇੱਕ ਸੂਬਾ ਤਿਬਰਸਤਾਨ, ਸੂਬੇ ਅੰਦਰ ਦੋਸਤੋ ਇੱਕ ਸੋਹਣਾ ਸ਼ਹਿਰ ਜਿਲਾਨ, ਜਿੱਥੇ ਨਾਲ ਅਮਨ ਦੇ ਵੱਸਦਾ ਸ਼ਾਹ ਹਸਨੀ ਖਾਨ। ਉਸੇ ਖਾਨਦਾਨ 'ਚੋਂ ਪੈਦਾ ਹੋ ਗਿਆ ਮਰਦ ਜਵਾਨ ਹਜ਼ਰਤ ਅਬੂ ਸਾਲਿਆ ਦੀ ਰੱਬ ਵਧਾਈ ਸ਼ਾਨ, ਰਹਿੰਦੇ ਵਿੱਚ ਜਿਲਾਨ ਦੇ ਕਰਦੇ ਬੈਠ ਗੁਜ਼ਰਾਨ, ਆਲ ਨਬੀ ਅੱਲਾ ਦੇ ਅਲੀ ਅਕਲਾਂ ਦੇ ਪ੍ਰਧਾਨ, ਸਦਕਾ ਪੈਂਤਨ ਪਾਕ ਦਾ ਮੈਂ ਜਾਵਾਂ ਕੁਰਬਾਨ, ਇੱਕ ਦਿਨ ਵਕਤ ਫਜ਼ਰ ਦੇ ਉੱਠ ਕੇ ਸੈਰ ਕਰਨ ਨੂੰ ਜਾਣ, ਕੁਦਰਤ ਸੱਚੇ ਰੱਬ ਦੀ ਪਹੁੰਚੇ ਨਦੀ ਕਿਨਾਰੇ ਆਣ, ਨਦੀ ਕਿਨਾਰੇ ਜਾ ਕੇ ਕੀ ਦੇਖਣ ਨਾਲ ਧਿਆਨ ਦੋਸਤ, ਇੱਕ ਸੇਬ ਗੁਲਾਬੀ ਰੰਗ ਦਾ ਜੁੜਿਆ ਆਉਂਦਾ ਪਿੱਚ ਤੂਫਾਨ, ਪੜ ਬਿਸਮਿਲਾ ਫੜ ਲਿਆ ਲੱਗ ਉਸ ਨੂੰ ਖਾਣ, ਜਾਂ ਸੇਬ ਉਹਨਾਂ ਨੇ ਖਾ ਲਿਆ, ਲੱਗੇ ਫੇਰ ਪਿੱਛੋਂ ਤਾਣ, ਦਿਲ ਵਿੱਚ ਸੋਚਾਂ ਸੋਚਦੇ ਕਰਦੇ ਅਕਲ ਗਿਆਨ, ਇਹ ਹੁਕਮ ਆ ਅੱਲਾ ਪਾਕ ਦਾ ਲਿਖਿਆ ਵਿੱਚ ਕੁਰਾਨ, ਬਿਨਾਂ ਇਜਾਜ਼ਤ ਖਾਧਿਆਂ ਨਹੀਂ ਰਹਿੰਦਾ ਸਿੱਕੇ ਮਾਨ, ਅੱਛਾ ਚੱਲੀਏ ਉਸੇ ਬਾਗ ਨੂੰ, ਕਿੱਥੋਂ ਹੋ ਗਿਆ ਸੇਬ ਰਮਾਨ ਸਦੀਕ, ਕੱਲ ਬਖਸ਼ਾਈਏ ਉਸ ਤੋਂ ਜਿਹੜਾ ਮਾਲਕ ਬਾਗਬਾਨ ਸ਼ਹਿਰ, ਉਸੇ ਲੈ ਕੇ ਸਿਰਫ ਕਰਕੇ ਦੱਸਦਾ ਅੱਲਾ ਦੇ ਆਜ਼ਕਾ ਦੀ ਕਿਹੜੇ ਜਵਾਬ ਕਰਕੇ ਦੱਸਦਾ। ਖੁਸ਼ ਰਹਿ ਹੁਣ।
Thank you.